ਅੱਜ ਅਸੀਂ ਤੁਹਾਨੂੰ ਇਹਦੇ ਸਪਰੇ ਪੰਪ ਦੇ ਲੈਦਰਾਂ ਬਾਰੇ ਜਾਣਕਾਰੀ ਦੇਵਾਂਗੇ, ਦੱਸਾਂਗੇ ਕਿ ਉਹ ਜਿਹੜੇ ਇਹਨਾਂ ਨੂੰ ਕਲੱਚ ਪਲੇਟ ਵੀ ਅਤੇ ਲੈਦਰ ਵੀ ਬੋਲਦੇ ਨੇ, ਇਹਨਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ। ਕਈ ਵੀਰ ਨਵੇਂ ਪਾਉਂਦੇ ਆ ਜਾਂ ਕਈਆਂ ਦੇ ਇਹ ਵੈਸੇ ਹੀ ਖੁੱਲ੍ਹੇ ਰਹਿ ਜਾਂਦੇ ਆ ਅਤੇ ਠੀਕ ਨਹੀਂ ਚੱਲਦੇ। ਇਹਨਾਂ ਨੂੰ ਇਸ ਤਰ੍ਹਾਂ ਤੁਸੀਂ ਦੇਖ ਲੈਣਾ, ਇਸ ਤਰ੍ਹਾਂ ਪੇਚਕਸ ਵਗੈਰਾ ਨਾਲ ਚੌੜੇ ਕਰਕੇ ਇਹਨਾਂ ਨੂੰ ਦੇਖ ਲੈਣਾ। ਇਹ ਖੁੱਲ੍ਹਦੇ ਹੋਣ ਅਤੇ ਐਂ ਬੰਦ ਹੁੰਦੇ ਹੋਣ, ਦੋਨਾਂ ਜਗ੍ਹਾ ਤੋਂ ਦੇਖ ਲੈਣਾ। ਇਹ ਸਾਡੇ ਪਹਿਲਾਂ ਦੇ ਤਿਆਰ ਕਰਕੇ ਰੱਖੇ ਬਿਲਕੁਲ ਸਹੀ ਆ, ਪਰ ਅਸੀਂ ਹੁਣ ਤੁਹਾਨੂੰ ਨਵੇਂ ਦਿਖਾਵਾਂਗੇ ਕਿ ਇਹਨਾਂ ਦੇ ਵਿੱਚ ਕਿਵੇਂ ਪ੍ਰੋਬਲਮ ਆਉਂਦੀ ਅਤੇ ਕਿਵੇਂ ਠੀਕ ਕਰਨਾ। ਇਸ ਤਰ੍ਹਾਂ ਇੱਕ ਇਹਨਾਂ ਦੇ ਵਿੱਚ ਵਾਸ਼ਲ ਪਾਈ ਹੁੰਦੀ ਹੈ, ਜੇਕਰ ਇਹ ਵਾਸ਼ਲ ਨਾ ਲਗਾਈ ਜਾਵੇ ਤਾਂ ਇਹ ਖੜਕਾ ਕਰਦੇ ਰਹਿੰਦੇ ਆ, ਹਿਲਦੇ ਰਹਿੰਦੇ ਆ, ਵਿੱਚ ਸਹੀ ਤਰੀਕੇ ਨਾਲ ਕੱਸੇ ਨਹੀਂ ਜਾਂਦੇ। ਹੁਣ ਆਹ ਤੁਸੀਂ ਦੇਖ ਸਕਦੇ ਵੀ ਇਹ ਵਾਸ਼ਲ ਪਾ ਕੇ ਅਤੇ ਇਹ ਜਿਹੜਾ ਨਾਟ ਹੈ ਇਹ ਬਾਹਰ ਨਹੀਂ ਆਇਆ। ਇਸ ਤਰ੍ਹਾਂ ਕਰਕੇ ਇਹ ਵਾਸ਼ਲ ਕੱਢ ਕੇ ਵੀ ਇੱਥੋਂ ਤਿੱਕਰ ਇਹ ਪੂਰਾ ਪੂਰਾ ਆ ਚੁੱਕਿਆ ਹੈ। ਹੁਣ ਆਪਾਂ ਸਹੀ ਤਰੀਕੇ ਨਾਲ ਕੱਸ ਸਕਦੇ ਹਾਂ, ਪਰ ਇਸ ਤਰ੍ਹਾਂ ਇਹ ਠੀਕ ਨਹੀਂ ਚੱਲਣੇ। ਇਹਨਾਂ ਦੇ ਵਿੱਚ ਵਾਸ਼ਲ ਪਾਉਣੀ ਬਹੁਤ ਜ਼ਰੂਰੀ ਆ। ਹੁਣ ਉੱਥੋਂ ਹੀ ਤੁਹਾਨੂੰ ਦੱਸਾਂਗੇ ਵੀ ਇਹ ਵਾਸ਼ਲ ਕਿਵੇਂ ਪਾਉਣੀ ਆ। ਇਸ ਨੂੰ ਇਸ ਚੀਜ਼ ਨੂੰ ਉੱਪਰੋਂ ਤੁਸੀਂ ਗਰੈਂਡਰ ਦੇ ਨਾਲ ਕਟਰ ਦੇ ਨਾਲ ਇਹਨੂੰ ਰਗੜ ਲੈਣਾ, ਨੀਵਾਂ ਕਰ ਲੈਣਾ। ਉਸ ਤੋਂ ਬਾਅਦ ਇਹ ਵਾਸ਼ਲ ਅਤੇ ਨਾਟ ਪਾ ਕੇ ਅਤੇ ਤੁਸੀਂ ਕੱਸ ਸਕਦੇ ਹੋ ਅਤੇ ਅਸੀਂ ਤੁਹਾਨੂੰ ਰਗੜ ਕੇ ਦਿਖਾਵਾਂਗੇ। ਇਹਨਾਂ ਲੈਦਰਾਂ ਦੇ ਉੱਪਰ ਜੋ ਆ ਤੀਰ ਦਾ ਨਿਸ਼ਾਨ ਔਰ ਲਿਖਿਆ ਹੈ, ਇੱਧਰ ਇੱਧਰਲੇ ਇਸ ਪਾਸੇ ਤੋਂ ਉੱਪਰਲੇ ਪਾਸੇ ਤੋਂ ਇਸ ਨੂੰ ਰਗੜਨਾ। ਇਹਨਾਂ ਦੋਨਾਂ ਨੂੰ ਦੋਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਰਗੜ ਕੇ ਇਸ ਤਰ੍ਹਾਂ ਸਫਾਈ ਕਰ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਫਿੱਟ ਕਰ ਸਕਦੇ ਹੋ। ਇਹ ਲੈਦਰ ਤਿਆਰ ਨੇ, ਇਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਲਗਾ ਸਕਦੇ ਹੋ।